नंबर चुन लीजिए। बसपा का वर्कर वो बड़ा मिशनरी है, मजदूर मेहनतकश, वो एक मिशन लैके तुरया है। वो मिशन जिहड़ा लुट माफिया के वरखिलाफ बसपा ने पिछले लंबे समय तो बादलों के काले कारनामें विरुद्ध संघर्ष किया, चाहे वह रेता बजरी चोरी आ, वह चिट्टा वेचण की गल आ, वह गुरु ग्रंथ साहब का अपमान की गल आ, वह ट्रांसपोर्ट माफिया की गल आ, बसपा के संघर्षी वर्कर ने रज के विरोध किया, अपनी ड्यूटी निभाई उन्होंने। अज बसपा की लीडरशिप बादल एंड कंपनी के नाल गलबकड़ी पा लवे, बसपा का वोट बैंक खिसकूगा, जीरो जमा जीरो कर लीए। पर उन्होंने तो खुशी जाहिर की है, ढोल नगाड़े बजाने वाले दोस्त हो रहा जिहड़े घरां दे अंदर बैठे मायूस होकर हो रहा। हुण तुसीं बसपा नूं जिहड़ियां 20 सीटां दित्तियां, तुसीं ओह 20 सीटां दा मुलांकण करके देख लो, ਉਹ ਸੀਟਾਂ ਜਿੱਥੋਂ ਕਦੇ ਬਸਪਾ ਨੂੰ ਕਦੇ ਜਿੱਤ ਵਾਲਾ ਪਾਸਾ ਦਿਖਿਆ ਹੀ ਨਹੀਂਗਾ, ਐਵੇਂ ਸੈਂਕੜਿਆਂ ਦੇ ਵਿੱਚ ਵੋਟਾਂ ਪਈਆਂ ਹੋਈਆਂ, ਉਹ ਸੀਟਾਂ ਦੇ ਦਿੱਤੀਆਂ। ਇਹ ਹੋਣਾ ਕੀ ਆ, ਜੀਰੋ ਜਮ੍ਹਾਂ ਜੀਰੋ ਕਰ ਦਈਏ, ਬਰਾਬਰ ਕੀ ਆਉਂਦਾ, ਜੀਰੋ। ਜਿਹੜੇ ਅਕਾਲੀ ਦਲ ਸ਼ਾਨਾ ਮਤੇ ਇਤਿਹਾਸ ਵਾਲੀ ਪਾਰਟੀ ਸੀ, ਬਾਦਲਾਂ ਦੇ ਕਾਲੇ ਕਾਰਨਾਮਿਆਂ ਨੇ ਬੱਦੂ ਕਰ ਦਿੱਤੀ, ਬਾਦਲ ਐਂਡ ਕੰਪਨੀ ਦੀ ਲੁੱਟ ਮਾਫੀਆ ਨੇ ਅਕਾਲੀ ਦਲ ਬਦਨਾਮ ਕਰ ਦਿੱਤਾ। ਜਿੱਦਣ ਅਕਾਲੀ ਦਲ ਤੋਂ ਬਾਦਲ ਐਂਡ ਕੰਪਨੀ ਦਾ ਸਾਇਆ ਹਟ ਗਿਆ, ਉਦਣ ਅਕਾਲੀ ਦਲ ਦੇ ਮੁਕਾਬਲੇ ਦੀ ਪਾਰਟੀ ਕੋਈ ਨਹੀਂ ਆਉਣੀ। ਮੈਂ ਵੀ ਦੱਸ ਦਿੰਦਾ ਤੁਹਾਨੂੰ, ਇਹ ਅੱਜ ਉਹ ਪੁਰਖੇ ਪੰਜਾਬ ਦੇ, ਉਹ ਸਾਡੇ ਬਜ਼ੁਰਗ ਪੰਜਾਬ ਦੇ ਜਿਨ੍ਹਾਂ ਨੇ ਆਪਣੇ ਖੂਨ ਦੇ ਨਾਲ ਸਿੰਜ ਕੇ ਪਾਰਟੀ ਬਣਾਈ ਸੀ, ਅੱਜ ਕਿਹੜੀ ਕਗਾਰ 'ਤੇ ਪਹੁੰਚ ਗਈ ਬਾਦਲ ਐਂਡ ਕੰਪਨੀ। ਮੈਂ ਅਕਾਲੀ ਦਲ ਨਹੀਂ ਕਹੂੰਗਾ, ਅੱਜ ਬਾਦਲ ਐਂਡ ਕੰਪਨੀ ਵੈਂਟੀਲੇਟਰ ਦੇ ਉੱਤੇ ਆ। ਯਤਨ ਕੀਤਾ ਉਹਨਾਂ ਨੇ ਬਸਪਾ ਤੋਂ ਆਕਸੀਜਨ ਲੈਣ ਦਾ, ਬਸਪਾ ਤੋਂ ਆਕਸੀਜਨ ਲੈ ਲਈਏ, ਪਰ ਇਹ ਨਿਰਮੂਲ ਉਹਨਾਂ ਦੀ ਇੱਕ ਪੋਜ਼ਿਟਿਵ ਥਿੰਕਿੰਗ ਥਾਟ ਹੋ ਸਕਦੀ ਆ। ਨਤੀਜਿਆਂ ਦੇ ਰਿਜ਼ਲਟ ਤੋਂ ਬਾਅਦ ਤੁਸੀਂ ਜਿਹੜੀਆਂ ਗੱਲਾਂ ਅੱਜ ਮੈਂ ਬੋਲ ਕੇ ਚੱਲਿਆ, ਇਹ ਦੇਖੋਗੇ ਕਿ ਇਹ ਹੂ ਬਹੂ ਸੱਚੀਆਂ ਹੋ। ਪੂਰੀ ਦੁਨੀਆ ਦੇ ਅੰਦਰ ਵੱਸਦੇ ਪੰਜਾਬੀਆਂ ਨੂੰ, ਸਿੱਖਾਂ ਨੂੰ, ਬੱਚੇ ਬੱਚੇ ਨੂੰ ਇਸ ਗੱਲ ਦਾ ਪਤਾ ਕਿ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕਰਾਉਣ ਵਾਲੇ ਕੌਣ ਲੋਕ ਆ, ਪੜਦੇ ਦੇ ਪਿੱਛੇ ਕੌਣ ਆ ਅਤੇ ਪੜਦੇ ਦੇ ਅੱਗੇ ਕੌਣ ਹੈ, ਇਹ ਪਤਾ ਸਾਰੀ ਗੱਲ ਦਾ। ਇਹ ਗੱਲ ਅਲੱਗ ਹੋ ਗਈ ਕਿ ਇਹ ਪੌਣੇ 5 ਸਾਲ ਆਪਣੇ ਤੰਤਰ ਮੰਤਰ ਸਮਝੌਤੇ ਦੇ, ਸੰਧੀਆਂ ਦੇ ਤਹਿਤ ਬਚਦੇ ਰਹੇ, ਪਰ ਗੁਰੂ ਨਾਲ ਮੱਥਾ ਲਾਉਣ ਵਾਲਾ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ, ਚਾਹੇ ਮੱਸਾ ਰੰਗੜ ਆ ਅਤੇ ਚਾਹੇ ਅਹਿਮਦ ਸ਼ਾਹ ਅਬਦਾਲੀ ਆ, ਬਚਿਆ ਕਦੇ ਨਹੀਂ। ਇਹ ਅਸੀਂ ਫਿਰ ਅਪੀਲ ਕਰਾਂਗੇ, ਡੁੱਲੇ ਵੀਰਾਂ ਦਾ ਕੁਛ ਨਹੀਂ ਵਿਗੜਿਆ, ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਵਾਪਸ ਆ ਜਾਵੇ, ਉਹਨੂੰ ਭੁੱਲਿਆ ਨਹੀਂ ਗਿਣਦੇ। ਕੈਪਟਨ ਅਮਰਿੰਦਰ ਸਿੰਘ ਜੀ, ਜਿਹੜੇ ਤੁਹਾਡੇ 4-6 ਮਹੀਨੇ ਬਚਦੇ ਆ, ਗੁਰੂ ਦਾ ਅਪਮਾਨ ਕਰਨ ਵਾਲਿਆਂ ਨੂੰ ਸਜ਼ਾਵਾਂ ਦੇ ਕਟਹਿਰੇ ਤੱਕ ਲੈ ਜਾਓ, ਨਹੀਂ ਲੋਕ ਤੁਹਾਨੂੰ ਵੀ ਕਦੇ ਮਾਫ਼ ਨਹੀਂ। ਤਾਂ ਕੈਪਟਨ ਅਮਰਿੰਦਰ ਸਿੰਘ ਜਦੋਂ 2017 ਦੀ ਇਲੈਕਸ਼ਨ ਲੜਨ ਮੌਕੇ ਰੈਲੀਆਂ ਨੂੰ ਸੰਬੋਧਨ ਕਰਦੇ ਆ, ਉਦੋਂ ਵਾਅਦਾ ਕਰਦੇ ਆ ਵੀ ਮੈਂ ਚੰਦ ਹਫ਼ਤਿਆਂ 'ਚ ਫੜ ਕੇ ਕਟਹਿਰਿਆਂ 'ਚ ਖੜਾ ਕੇ ਸਜ਼ਾਵਾਂ ਦਵਾ ਦੂੰਗਾ। ਆਖਿਰਕਾਰ ਮੈਂ ਤਾਂ ਪਹਿਲਾਂ ਕਿਹਾ ਦੇਰ ਆਏ ਦਰੁਸਤ ਆਏ, ਆਹ 4-6 ਮਹੀਨੇ ਜਿਹੜੇ ਬਚਦੇ ਆ, ਕੈਪਟਨ ਅਮਰਿੰਦਰ ਸਿੰਘ ਆਪਣੇ ਉੱਤੇ ਕਾਲਕ ਦਾ ਧੱਬਾ ਨਾ ਲਵਾਉਣ, ਉਹ ਇਹਨਾਂ ਦੋਸ਼ੀਆਂ ਨੂੰ ਬਣਦੀਆਂ ਸਜ਼ਾਵਾਂ ਤੱਕ, ਕਟਹਿਰੇ ਤੱਕ ਲਿਜਾ ਕੇ ਖੜਾ ਕਰ ਦੇਣ, ਬਾਕੀ ਕੰਮ ਅਦਾਲਤਾਂ ਦਾ। ਸਾਡੀ ਪਾਰਟੀ ਦੀ ਕੋਰ ਕਮੇਟੀ ਨੇ ਕੋਈ ਡਿਸੀਜਨ ਨਹੀਂ ਲਿਆ, ਅਸੀਂ ਇਸ ਤਰੀਕੇ ਨਾਲ ਸਮਰੱਥ ਹੈਗੇ ਹਾਂ ਵੀ ਅਸੀਂ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਦੇ ਵਿੱਚ ਆਪਣਾ ਚੰਗੇ ਕਿਰਦਾਰ ਵਾਲੇ, ਚੰਗੇ ਗ੍ਰਾਸਰੂਟ ਲੈਵਲ 'ਤੇ ਲੋਕਾਂ ਨਾਲ ਪਕੜ ਸਾਂਝ ਵਾਲੇ ਉਮੀਦਵਾਰ ਠਲ ਸਕਦੇ ਹਾਂ। ਅਲਾਇੰਸ ਕਿਹਦੇ ਨਾਲ ਕਰਨਾ ਨਹੀਂ ਕਰਨਾ, ਇਹ ਪਾਰਟੀ ਦੀ ਕੋਰ ਕਮੇਟੀ ਫੈਸਲਾ ਡਿਸੀਜਨ ਲਊਗੀ, ਜੈਸਾ ਫੈਸਲਾ ਹੋਊਗਾ ਫਿਰ ਤੁਹਾਨੂੰ ਜ਼ਰੂਰ ਦੱਸ। ਅਤੇ ਇਹਨਾਂ ਦਾ ਇੰਟਰਨਲ ਮਸਲਾ, ਅੰਦਰੂਨੀ ਮਸਲਿਆਂ ਦੇ ਵਿੱਚ ਦੂਜੀ ਪਾਰਟੀ ਦੇ ਮੈਂ ਕੋਈ ਦਖਲ ਅੰਦਾਜ਼ੀ ਕਰਾਂ ਚੰਗਾ ਨਹੀਂ ਲੱਗਦਾ, ਪਰ ਅੱਜ ਇਸ ਗੱਲ ਦਾ ਦੁੱਖ ਅਤੇ ਅਫਸੋਸ ਆ ਕਿ ਕਾਂਗਰਸ ਦੀ ਪਾਟੋ ਧਾੜ ਨੇ ਪੰਜਾਬ ਦੇ ਲੋਕਾਂ ਨੂੰ ਮਿਲਣ ਵਾਲੇ ਹਕੂਕ ਦੇ ਉੱਤੇ ਬਹੁਤ ਮਾੜਾ ਅਸਰ ਪਾਇਆ। ਸਰਕਾਰ ਦਾ ਧਿਆਨ ਅੱਜ ਲੋਕਾਂ ਨੂੰ ਸਹੂਲਤਾਂ ਦੇਣ ਦੇ ਵਿੱਚ ਨਹੀਂ, ਕੋਰੋਨਾ ਬਿਮਾਰੀ ਨਾਲ ਲੜਨ ਵਾਸਤੇ ਨਹੀਂ, ਕੋਰੋਨਾ ਬਿਮਾਰੀ ਤੋਂ ਪੀੜਤ ਲੋਕਾਂ ਨੂੰ ਸਹਾਇਤਾ ਦੇਣ ਵਾਸਤੇ ਨਹੀਂ, ਅੱਜ ਉਹਨਾਂ ਦਾ ਧਿਆਨ ਜਿਹੜੀ ਧੜੇਬੰਦੀ ਆ ਵੀ ਮੈਂ ਬੰਦੇ ਵੱਧ ਕਾਂਗਰਸ ਦੇ ਵਿੱਚੋਂ ਵੱਧ MLA ਕਿੱਦਾਂ ਇਕੱਠੇ ਕਰ ਸਕਦਾ। ਇਹ ਦੁੱਖ ਅਤੇ ਅਫਸੋਸ ਆ ਸਾਡੇ ਪੰਜਾਬ ਵਾਸੀਆਂ ਦੇ ਨਾਲ, ਇਹਨਾਂ ਦੀ ਧੜੇਬੰਦੀ ਕਾਰਨ ਵੱਡਾ ਧੱਕਾ ਹੋ ਰਿਹਾ।